ਅੱਜ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਹੈ। ਉਹ ਸੁਪਨੇ ਪੂਰੇ ਹੋਏ ਨੇ ਜੋ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਸੀ। ਅੱਜ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ, ਨੌਕਰੀਆਂ ਦਿੱਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਵੀ ਲਗਭਗ 43,000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਸੀ ਅਤੇ ਅੱਜ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ। ਤੁਸੀਂ ਦੇਖ ਸਕਦੇ ਹੋ ਕਿ ਨਿਯੁਕਤੀ ਪੱਤਰ ਜਿਹੜੇ ਆ ਅੱਜ ਨੌਜਵਾਨਾਂ ਨੂੰ ਵੰਡੇ ਗਏ ਨੇ। ਲੰਬੇ ਸਮੇਂ ਤੋਂ ਜਿਹੜੀ ਮਿਹਨਤ ਸੀ ਉਹਨਾਂ ਦੀ, ਬਿਨਾਂ ਕਿਸੇ ਰਿਸ਼ਵਤ ਤੋਂ ਪਾਰਦਰਸ਼ੀ ਤਰੀਕੇ ਦੇ ਨਾਲ ਜਿਹੜੀਆਂ ਅੱਜ ਉਹਨਾਂ ਨੂੰ ਨੌਕਰੀਆਂ ਮਿਲੀਆਂ। ਗੱਲਬਾਤ ਵੀ ਕਰਾਂਗੇ ਨੌਜਵਾਨਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਕੂਮਤ ਸਿੰਘ ਹੈ ਮੈਡਮ। ਕਿਸ ਚੀਜ਼ ਦੀ ਨੌਕਰੀ ਮਿਲੀ ਹੈ ਤੁਹਾਨੂੰ? ਮੈਡਮ ਸਾਨੂੰ ਫਾਇਰ ਡਰਾਈਵਰ ਆਪਰੇਟਰ ਦੀ ਮਿਲੀ ਹੈ ਜੀ। ਮੈਮ ਬਹੁਤ ਖੁਸ਼ੀ ਆਈ ਸਾਨੂੰ, ਕਿਉਂਕਿ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀਗੇ ਜੀ। ਕਿਸੇ ਸਰਕਾਰ ਨੇ ਸਾਡੀਆਂ ਪੋਸਟਾਂ ਨਹੀਂ ਕ੍ਰੀਏਟ ਕੀਤੀਆਂ ਸੀਗੀਆਂ ਜੀ, ਅਤੇ ਮਾਨ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਟਾਈਮ ਤੋਂ ਸਾਡੀਆਂ ਵੈਕੈਂਸੀਆਂ ਕੱਢੀਆਂ ਅਤੇ ਅਸੀਂ ਬਿਨਾਂ ਕੋਈ ਪੈਸਾ ਦਿੱਤੇ ਸਿਲੈਕਟ ਹੋਏ ਹਾਂ। ਸਾਨੂੰ ਬਹੁਤ ਖੁਸ਼ੀ ਹੈਗੀ। ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਵੀ ਮਾਨ ਸਾਹਿਬ ਇਸ ਤਰ੍ਹਾਂ ਚੰਗੇ ਕੰਮ ਕਰਦੇ ਰਹਿਣਗੇ ਅਤੇ ਸਾਰੇ ਯੂਥ ਉਹਨਾਂ ਦੇ ਨਾਲ। ਇੱਕ ਉਦੋਂ ਵੀ ਉਮੀਦ ਸੀ ਕਿ ਜਦੋਂ ਆਪ ਸਰਕਾਰ ਆਈ ਸੀ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ, ਅੱਜ ਲੱਗਦਾ ਹੈ ਕਿ ਉਹ ਵਾਅਦੇ ਪੂਰੇ ਹੋ ਰਹੇ ਨੇ। ਹਾਂਜੀ ਮੈਡਮ, ਪੂਰੇ ਹੋ ਰਹੇ ਆ ਜੀ, ਪਰ ਜਿਹੜਾ ਕਾਫੀ ਟਾਈਮ ਤੋਂ ਕੁਛ ਗੰਧਲਾ ਹੋਇਆ ਸੀ ਸਿਸਟਮ, ਉਹਨੂੰ ਠੀਕ ਕਰਨ 'ਤੇ ਟਾਈਮ ਤਾਂ ਲੱਗਣਾ ਹੀ ਹੈ ਜੀ, ਪਰ ਹੌਲੀ ਹੌਲੀ ਠੀਕ ਹੋ ਰਿਹਾ ਗਾ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ। ਕੁਲਵਿੰਦਰ ਸਿੰਘ ਜੀ, ਕਿੱਥੋਂ ਆਏ ਤੁਸੀਂ? ਅਸੀਂ ਬਠਿੰਡਾ ਤੋਂ ਆਏ ਹਾਂ ਜੀ। ਕਿਸ ਚੀਜ਼ ਦੀ ਅੱਜ ਤੁਹਾਨੂੰ ਨੌਕਰੀ ਮਿਲੀ ਹੈ? ਅੱਜ ਮੈਨੂੰ ਫਾਇਰ ਡਿਪਾਰਟਮੈਂਟ 'ਚ ਡਰਾਈਵਰ ਕੰਮ ਆਪਰੇਟਰ ਦੀ ਨੌਕਰੀ ਮਿਲੀ ਹੈ ਜੀ। ਬਹੁਤ ਵਧੀਆ, ਬਹੁਤ ਖੁਸ਼ੀ ਫੀਲ ਹੋ ਰਹੀ ਹੈ ਜੀ। ਠੀਕ ਹੈ, ਇੱਕ ਆਪਣੇ ਪੰਜਾਬ ਦੇ ਵਿੱਚ ਚੱਲਦਾ ਹੈ ਕਿ ਜਦੋਂ ਵੀ ਨੌਕਰੀ ਲੈਣੀ ਹੁੰਦੀ ਹੈ ਲਿੰਕ ਚਾਹੀਦੇ ਨੇ ਜਾਂ ਫਿਰ ਰਿਸ਼ਵਤ ਦੇਣੀ ਪੈਂਦੀ ਹੈ, ਅਜਿਹਾ ਕੁਝ ਫੇਸ ਤਾਂ ਨਹੀਂ ਕਰਨਾ? ਕੋਈ ਨਹੀਂ ਜੀ, ਬਿਲਕੁਲ ਟ੍ਰਾਂਸਪੈਰੈਂਟ ਭਰਤੀ ਹੋਈ ਸਾਡੀ ਜੀ। ਠੀਕ ਹੈ, ਜਿਹੜੇ ਐਲੀਜੀਬਲ ਕੈਂਡੀਡੇਟ ਸੀ ਉਹਨਾਂ ਨੂੰ ਹੀ ਓਪਰਚੁਨਿਟੀ ਮਿਲੀ ਹੈ। ਠੀਕ ਹੈ, ਬਿਲਕੁਲ ਪਾਰਦਰਸ਼ੀ ਤਰੀਕੇ ਨਾਲ, ਠੀਕ ਹੈ ਜੀ, ਭਰਤੀ ਹੋਈ ਹੈ ਸਾਡੀ। ਕੋਈ ਇਹੋ ਜਿਹਾ 1-20 ਰੁਪਏ ਦਾ ਲੈਣ ਦੇਣ ਇੱਥੇ ਨਹੀਂ ਹੋਇਆ ਜੀ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਮਾਨ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਅਤੇ ਸਾਨੂੰ ਨੌਕਰੀਆਂ ਦਿੱਤੀਆਂ ਜੀ। ਸਮੇਂ ਤੋਂ ਇੰਤਜ਼ਾਰ ਸੀ ਇਸ ਜੋਬ ਦਾ? ਬਹੁਤ ਸਰ, ਮੈਂ ਜੀ ਮੈਮ 2013 'ਚ ਕਰਕੇ ਆਇਆ ਸੀਗਾ ਡਿਪਲੋਮਾ ਜੀ ਦਾ, ਉਦੋਂ ਤੋਂ ਲੈ ਕੇ ਭਰਤੀ ਨਹੀਂ ਆ ਰਹੀ ਸੀਗੀ ਜੀ। ਅਤੇ ਇਹ ਡਿਪਾਰਟਮੈਂਟ 'ਚ ਭਰਤੀ ਘੱਟੋ ਘੱਟ 25-26 ਸਾਲ ਹੋ ਗਏ ਹੋਣਗੇ ਜੀ। 25-26 ਸਾਲ ਬਾਅਦ ਭਰਤੀ ਮੰਨ ਲਓ ਹੋ ਰਹੀ ਇਹਦੇ 'ਚ ਜੀ, ਸਾਡੇ ਫਾਇਰ ਡਿਪਾਰਟਮੈਂਟ 'ਚ। ਤਾਂ ਬਿਲਕੁਲ ਇੱਕ ਖੁਸ਼ੀ ਜਿਹੜੀ ਹੈ ਅੱਜ ਨੌਜਵਾਨਾਂ ਦੇ ਵਿੱਚ ਨਜ਼ਰ ਆ ਰਹੀ ਹੈ। ਹੋਰ ਵੀ ਜਿਸ ਤਰ੍ਹਾਂ ਇੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਖੁਸ਼ੀ ਵੀ ਸਾਨੂੰ ਨਜ਼ਰ ਆ ਰਹੀ ਹੈ ਅਤੇ ਨੌਜਵਾਨਾਂ ਦੀ ਇੱਕ ਮਿਹਨਤ, ਕਿਸੇ ਨੂੰ 4 ਸਾਲ ਹੋ ਗਏ, ਕਿਸੇ ਨੂੰ 5 ਸਾਲ ਹੋ ਗਏ, ਹਰ ਇੱਕ ਦੀ ਇੱਕ ਮਿਹਨਤ ਜਿਹੜੀ ਹੈ ਉਹ ਨਜ਼ਰ ਆ ਰਹੀ ਹੈਗੀ। ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਜਸਕਰਨਵੀਰ ਜੀ। ਜਸਕਰਨ ਜੀ, ਪਹਿਲਾਂ ਤਾਂ ਨੌਕਰੀ ਕਿਸ ਚੀਜ਼ ਦੀ ਮਿਲੀ? ਮੈਨੂੰ ਫਾਇਰ ਆਪਰੇਟਰ ਦੀ ਜੀ। ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਇੰਨੇ ਸਾਲ ਤੋਂ ਫਿਰ ਰਹੇ ਸੀ ਨੌਕਰੀ ਪਿੱਛੇ ਭੱਜੇ ਅਤੇ ਹੁਣ ਤਾਂ ਬਾਅਦ 'ਚ ਕੋਈ ਚਾਹ ਹੀ ਨਹੀਂ ਹੈਗਾ ਜੀ ਸਾਡਾ। ਜਸਕਰਨ ਜੀ, ਆਪਾਂ ਪੰਜਾਬ 'ਚ ਕਹਿ ਦਿੰਦੇ ਹਾਂ ਕਿ ਨੌਕਰੀਆਂ ਨਹੀਂ ਮਿਲਦੀਆਂ, ਵਿਦੇਸ਼ਾਂ 'ਚ ਜਾ ਰਹੇ ਅੱਜ, ਜਿਸ ਤਰ੍ਹਾਂ ਅਸੀਂ ਨੌਜਵਾਨ ਦੇਖ ਰਹੇ ਹਾਂ ਕਿ ਬਹੁਤ ਵੱਡੀ ਗਿਣਤੀ 'ਚ ਇੱਥੇ ਹੈਗੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ? ਇਹ ਸਾਰਾ CM ਸਾਹਿਬ ਦੀ ਕਿਰਪਾ ਜੀ ਬਸ, ਜੋ ਸਾਨੂੰ ਉਰੇ ਮਿਲ ਰਿਹਾ ਗਾ, ਨਹੀਂ ਤਾਂ ਸਾਡਾ ਵੀ ਕਿਸੇ ਟਾਈਮ ਤਾਂ ਹੁੰਦਾ ਸੀ ਮਨ ਵੀਰ ਤਾਂ ਨੌਕਰੀ ਮਿਲਦੀ ਨਹੀਂ, ਬਾਹਰ ਹੀ ਜਾਈਏ, ਪਰ ਜਦੋਂ ਦੇ ਸਰਕਾਰ ਆਈ ਹੈ, ਮਾਨ ਸਰਕਾਰ ਆਈ ਹੈ ਜੀ, ਉਸ ਤੋਂ ਬਾਅਦ ਸਾਰਿਆਂ ਲਈ ਇਹ ਦਰਵਾਜ਼ੇ ਖੁੱਲ੍ਹੇ ਨੇ ਨੌਕਰੀਆਂ ਦੇ ਜੀ, ਅਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ CM ਮਾਨ ਦਾ ਜੀ। ਹੋ ਗਏ ਜੀ 5-6 ਸਾਲ ਸਾਨੂੰ ਨੌਕਰੀ ਪਿੱਛੇ ਭੱਜਦਿਆਂ ਨੂੰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੁਰਪ੍ਰੀਤ ਸਿੰਘ। ਫਾਇਰ ਬ੍ਰਿਗੇਡ ਦੇ ਵਿੱਚ ਡਰਾਈਵਰ ਆਪਰੇਟਰ ਦੀ ਜੀ। ਹਾਂਜੀ, ਅੱਜ ਉਹ ਸੁਪਨਾ ਪੂਰਾ ਹੋ ਗਿਆ ਜੋ ਲੰਬੇ ਸਮੇਂ ਤੋਂ? ਹਾਂਜੀ ਹਾਂਜੀ, ਮੈਂ ਆਊਟਸੋਰਸ ਦੇ ਵਿੱਚ ਬਹੁਤ ਸਮੇਂ ਤੋਂ ਕੰਮ ਕਰ ਰਹੀ ਡਰਾਈਵਰ ਆਪਰੇਟਰ, ਅਤੇ ਹੁਣ ਇਹ ਮੌਕਾ ਮਿਲਿਆ ਜੀ। ਬਹੁਤ ਮੁਸ਼ਕਲ ਨਾਲ ਇਹ ਦਿਨ ਆਇਆ ਜੀ, ਇਹ ਸਭ CM ਸਾਹਿਬ ਦੀ ਦੇਣ ਹੈ ਜੀ ਇਹ। ਪਰਿਵਾਰ ਦੇ ਵਿੱਚ ਵੀ ਖੁਸ਼ੀ ਹੋਣੀ? ਹਾਂਜੀ ਹਾਂਜੀ ਹਾਂਜੀ, ਬਹੁਤ ਖੁਸ਼ ਹੈ ਜੀ।
ਕਹਿ ਸਕਦੇ ਹਾਂ ਕਿ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਸਾਨੂੰ ਨਜ਼ਰ ਆ ਰਹੀ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਨੌਕਰੀ ਮਿਲਦੀ ਹੈ ਅਤੇ ਇਸ ਨੌਕਰੀ ਤੋਂ ਬਾਅਦ ਇੱਕ ਖੁਸ਼ੀ ਵੀ ਹੁੰਦੀ ਹੈ ਅਤੇ ਦੂਜੇ ਪਾਸੇ ਲਗਾਤਾਰ ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨ ਜਾ ਰਹੇ ਆ, ਉਹਨਾਂ ਨੂੰ ਵੀ ਇੱਕ ਸੇਧ ਮਿਲਦੀ ਹੈ ਵੀ ਜੇਕਰ ਪੰਜਾਬ ਦੇ ਵਿੱਚ ਮਿਹਨਤ ਕਰੋਗੇ ਹੁਣ ਬਿਨਾਂ ਕਿਸੇ ਰਿਸ਼ਵਤ ਦੇ ਜਿਹੜੀ ਤੁਹਾਨੂੰ ਇੱਥੇ ਨੌਕਰੀ ਵੀ ਮਿਲੇਗੀ। ਵੀਡੀਓ ਜਿਹੜੇ ਸੰਦੀਪ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ। ਧੰਨਵਾਦ।